ਅਮਰੀਕਾ ਚ ਅਰੋੜਾ ਦੀ ਮੌਤ ਦੀ ਅਸਲ ਸੱਚਾਈ ਸਾਹਮਣੇ ਆਈ ਹੈ। ਕਿਸ ਨੇ ਇਹ ਗੱਲ ਫੈਲਾਈ ਹੈ ਤੇ ਕੌਣ ਚਾਹੁੰਦਾ ਹੈ ਕਿ ਸਹਿਜ ਅਰੋੜਾ ਜਿਹੜਾ ਇਸ ਦੁਨੀਆ ਦੇ ਵਿੱਚ ਨਾ ਰਵੇ। ਕਿਸ ਨੇ ਇਸ ਪੂਰੀ ਗੱਲ ਦਾ ਸੋਸ਼ਲ ਮੀਡੀਆ ਦੇ ਉੱਤੇ ਰੋਲਾ ਪਾਇਆ, ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਮਾਧਿਅਮ ਦੇ ਨਾਲ। ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਜਿਸ ਦਿਨ ਤੋਂ ਕੁੱਲਰ ਪੀਜ਼ਾ ਕਪਲ ਦੀ ਵੀਡੀਓ ਵਾਇਰਲ ਹੋਈ ਹੈ, ਉਸੇ ਹੀ ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈ ਸਹਿਜ ਅਰੋੜਾ ਦੀ ਮੌਤ ਦੀਆਂ ਝੂਠੀਆਂ ਖਬਰਾਂ ਵੀ ਲਗਾਤਾਰ ਵਾਇਰਲ ਹੋ ਰਹੀਆਂ। ਤੁਸੀਂ ਸਕਰੀਨਸ਼ੋਟ ਦੇਖ ਸਕਦੇ ਹੋ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਸਹਿਜ ਅਰੋੜਾ ਦੀ ਮੌਤ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਖਬਰਾਂ ਜਿਹੜੀਆਂ ਨੇ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ। ਦਰਅਸਲ ਲੋਕ ਕੀ ਕਰ ਰਹੇ ਨੇ, ਨਵੇਂ ਨਵੇਂ ਚੈਨਲਸ ਬਣਾ ਰਹੇ ਨੇ, ਚੈਨਲਾਂ ਦੇ ਉੱਤੇ ਸਹਿਜ ਅਰੋੜਾ ਦੀ ਮੌਤ ਦੀਆਂ ਝੂਠੀਆਂ ਖਬਰਾਂ ਪਾ ਕੇ ਆਪਣੇ ਵਿਊ ਖੱਟ ਰਹੇ ਨੇ, ਪੈਸਾ ਖੱਟ ਰਹੇ, ਭਾਵ ਚੰਦ ਪੈਸਿਆਂ ਦੀ ਖਾਤਰ ਜਿਹੜਾ ਲੋਕ ਨੇ ਸਹਿਜ ਅਰੋੜਾ ਦੀਆਂ ਮੌਤ ਦੀਆਂ ਝੂਠੀਆਂ ਖਬਰਾਂ ਫੈਲਾਉਣ ਤੋਂ ਬਾਅਦ ਨਹੀਂ ਆ ਰਹੇ। ਦੱਸ ਦੇ ਤੁਹਾਨੂੰ ਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਨ ਪਹਿਲਾਂ ਸਹਿਜ ਅਰੋੜਾ ਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਦੀ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਦੋਵਾਂ ਦੇ ਉੱਤੇ ਇੱਕ ਮੁਸੀਬਤ ਜਿਹੜੀ ਹੈ ਆਣ ਟੁੱਟਦੀ ਹੈ, ਜਿਸ ਤੋਂ ਬਾਅਦ ਲੋਕ ਜਿਹੜੇ ਨੇ ਇਸ ਵੀਡੀਓਜ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹੋਰ ਫੇਕ ਵੀਡੀਓਜ਼ ਬਣਾਉਂਦੇ ਨੇ, ਕਈ ਤਰ੍ਹਾਂ ਦੀ ਐਡੀਟਿੰਗ ਕਰਦੇ ਆ, ਜਿਸ ਤੋਂ ਬਾਅਦ ਸਹਿਜ ਅਰੋੜਾ ਦੀ ਮੌਤ ਦੀ ਵੀਡੀਓ ਦੀ ਐਡੀਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਤਸਵੀਰਾਂ ਜੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਸਹਿਜ ਅਰੋੜਾ ਦੀ ਮੌਤ ਨੂੰ ਇੱਕ ਮਜ਼ਾਕ ਸਮਝ ਕੇ ਵੀਡੀਓਜ਼ ਜਿਹੜੀਆਂ ਨੇ ਆਪਣੇ ਚੈਨਲਾਂ ਦੇ ਉੱਤੇ ਅਪਲੋਡ ਕਰੇ। ਸਾਰੇ ਹੀ ਜਿਹੜੇ ਨੇ ਨਵੇਂ ਚੈਨਲ ਬਣੇ ਹੋਏ ਆ ਜਿਨ੍ਹਾਂ ਦੇ ਵੱਲੋਂ ਇਹਨਾਂ ਵੀਡੀਓਜ਼ ਨੂੰ ਅਪਲੋਡ ਕੀਤਾ ਗਿਆ ਅਤੇ ਵੀਡੀਓਜ਼ ਵੀ ਜਿਹੜੀਆਂ ਨੇ ਸਿਰਫ 4 ਪੈਸਿਆਂ ਦੀ ਖਾਤਰ, ਯੂਟਿਊਬ ਨੂੰ ਚਲਾਉਣ ਦੀ ਖਾਤਰ ਅਤੇ ਵਿਊਜ਼ ਲੈਣ ਦੀ ਖਾਤਰ ਜਿਹੜੀਆਂ ਨੇ ਇਹ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ, ਅਪਲੋਡ ਕੀਤੀਆਂ ਗਈਆਂ। ਹਾਲਾਂਕਿ ਲੋਕਾਂ ਦੇ ਵੱਲੋਂ ਇਹਨਾਂ ਵੀਡੀਓਜ਼ ਦੇ ਉੱਤੇ ਕਈ ਤਰ੍ਹਾਂ ਦੇ ਮਾੜੇ ਕਮੈਂਟ ਵੀ ਕੀਤੇ ਜਾ ਰਹੇ ਆ, ਪਰ ਇਹਨਾਂ ਵੀਡੀਓਜ਼ ਕਰਕੇ ਪਰਿਵਾਰਕ ਮੈਂਬਰਾਂ ਦੇ ਉੱਤੇ ਕਈ ਤਰ੍ਹਾਂ ਦਾ ਜਿਹੜਾ ਕਹਿ ਲਓ ਕਿ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ, ਕਿਉਂਕਿ ਲੋਕ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਵੀਡੀਓ ਐਡਿਟ ਕਰ ਰਹੇ ਨੇ, ਸਾਹਮਣੇ ਲਿਆ ਰਹੇ, ਕੁਝ ਮਲਦੀਆਂ ਜੁਲਦੀਆਂ ਵੀਡੀਓਜ਼ ਕੱਢ ਕੇ ਲਿਆ ਰਹੇ, ਜਿਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਲੋਕ ਕਿਸ ਹੱਦ ਤੱਕ ਜਿਹੜੇ ਨੇ 4 ਪੈਸਿਆਂ ਦੀ ਖਾਤਰ ਡਿੱਗ ਸਕਦੇ ਆ। ਇਹਨਾਂ ਤਸਵੀਰਾਂ ਨੂੰ ਤੁਸੀਂ ਵੀ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਸਹਿਜ ਅਰੋੜਾ ਦੀ ਮੌਤ ਨੂੰ ਲੈ ਕੇ ਵੀਡੀਓਜ਼ ਅਪਲੋਡ ਕਰ ਰਹੇ ਨੇ ਯੂਟਿਊਬ ਦੇ ਉੱਤੇ, ਜਿਹੜੇ ਉਹਨਾਂ ਦੇ ਚੈਨਲ 'ਤੇ ਨਵੇਂ ਨਵੇਂ ਚੈਨਲ ਬਣਾਏ ਜਾ ਰਹੇ ਆ, ਅਤੇ ਕੁਝ ਇਸ ਤਰੀਕੇ ਦੇ ਥੰਬਨੇਲ ਲਗਾਏ ਜਾ ਰਹੇ ਆ ਕਿ ਵੀਡੀਓ ਜਿਹੜੀ ਹੈ ਵਾਇਰਲ ਵੀ ਹੋ ਜਾਵੇ। ਤਾਂ ਹੁਣ ਸਹਿਜ ਅਰੋੜਾ ਦੀ ਮੌਤ ਦੀ ਅਸਲ ਸੱਚਾਈ ਇਹ ਹੈ ਕਿ ਸਹਿਜ ਅਰੋੜਾ ਬਿਲਕੁਲ ਠੀਕ ਹੈ, ਉਹ ਆਪਣੇ ਪਰਿਵਾਰ ਦੇ ਵਿੱਚ ਮੌਜੂਦ ਹੈ, ਉਹ ਇਸ ਦੁਨੀਆ ਤੋਂ ਨਹੀਂ ਗਿਆ। ਜਿਹੜੀਆਂ ਵੀ ਤੁਸੀਂ ਵੀਡੀਓਜ਼ ਦੇਖ ਰਹੇ ਹੋ, ਜਿਹੜੀਆਂ ਵੀ ਖਬਰਾਂ ਦੇਖ ਰਹੇ ਹੋ ਕਿ ਸਹਿਜ ਅਰੋੜਾ ਦੀ ਮੌਤ ਹੋ ਚੁੱਕੀ ਹੈ, ਉਹ ਸਾਰੀਆਂ ਹੀ ਖਬਰਾਂ ਫੇਕ ਨੇ ਅਤੇ ਉਹਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਵੀ ਤੁਸੀਂ ਪੜ੍ਹ ਸਕਦੇ ਹੋ ਕਿਸ ਤਰੀਕੇ ਦੇ ਕਮੈਂਟ ਜਿਹੜੇ ਨੇ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ। ਪਰ ਉੱਥੇ ਵੀ ਇੱਕ ਇਹ ਗੱਲ ਦੱਸਣੀ ਜ਼ਰੂਰ ਬਣਦੀ ਹੈ ਕਿ ਤੁਸੀਂ ਕਿਸੇ ਦੀ ਮੌਤ ਦਾ ਮਜ਼ਾਕ ਬਣਾ ਕੇ ਜਾਂ ਕਿਸੇ ਨੂੰ ਝੂਠਾ ਮੁੱਠਾ ਮਾਰ ਕੇ ਤੁਸੀਂ 4 ਪੈਸੇ ਖੱਟ ਕੇ ਕਿਸ ਕੰਮ 'ਤੇ ਲਾਓਗੇ। ਇਹ ਪੈਸੇ ਤੁਹਾਡੇ ਕਿਸੇ ਵੀ ਕੰਮ 'ਤੇ ਨਹੀਂ ਲੱਗਣੇ, ਕਿਉਂਕਿ ਰੱਬ ਜੋ ਕਰਦਾ ਚੰਗਾ ਕਰਦਾ ਤਾਂ ਤੁਸੀਂ ਸੁਣਿਆ ਹੀ ਹੋਇਆ, ਪਰ ਇਹ ਵੀ ਜ਼ਰੂਰ ਸੁਣਿਆ ਹੋਵੇਗਾ ਕਿ ਰੱਬ ਦੀ ਮਾਰ ਕੋਈ ਕੋਈ ਹੀ ਚੱਲ ਪੈਂਦਾ, ਭਾਵ ਜਿਹੜੀ ਵੀਡੀਓ ਲੋਕਾਂ ਦੇ ਵੱਲੋਂ ਝੂਠੀਆਂ ਬਣਾਈਆਂ ਜਾ ਰਹੀਆਂ ਉਹ ਵੀਡੀਓ ਸੱਚੀਆਂ ਵੀ ਹੋ ਸਕਦੀਆਂ, ਕਿਸੇ ਹੋਰ 'ਤੇ ਵੀ ਲੱਗ ਸਕਦੀਆਂ ਨੇ, ਪਰ ਇਸ ਤਰੀਕੇ ਦੇ ਨਾਲ ਕਿਸੇ ਦੀ ਮੌਤ ਦੀਆਂ ਖਬਰਾਂ ਝੂਠੀਆਂ ਫੈਲਾਉਣਾ ਬਹੁਤ ਹੀ ਗਲਤ ਗੱਲ ਹੈ। ਤਾਂ ਹਰ ਕਿਸੇ ਨੂੰ ਬੇਨਤੀ ਹੈ ਕਿ ਅਜਿਹੀਆਂ ਖਬਰਾਂ ਨਾ ਬਣਾਓ, ਅਜਿਹੀਆਂ ਖਬਰਾਂ ਨੂੰ ਨਾ ਅਪਲੋਡ ਕੀਤਾ ਜਾਵੇ, ਸੋਸ਼ਲ ਮੀਡੀਆ ਦੇ ਉੱਤੇ ਨਾ ਗਾਹ ਪਾਇਆ ਜਾਵੇ, ਕਿਉਂਕਿ ਅਜਿਹੀਆਂ ਖਬਰਾਂ ਤੋਂ ਬਾਅਦ ਲੋਕਾਂ ਦਾ ਜਿਹੜਾ ਹੈਗਾ ਮੀਡੀਆ ਦੇ ਉੱਤੇ ਭਰੋਸਾ ਉੱਠ ਜਾਂਦਾ, ਲੋਕਾਂ ਦਾ ਯੂਟਿਊਬ ਚੈਨਲ ਤੋਂ ਭਰੋਸਾ ਉੱਠ ਜਾਂਦਾ, ਲੋਕਾਂ ਨੂੰ ਐਂ ਲੱਗਦਾ ਕਿ ਸਾਰੇ ਹੀ ਚੈਨਲ ਇਸੇ ਤਰੀਕੇ ਦੀਆਂ ਹੀ ਖਬਰਾਂ ਜਿਹੜੀਆਂ ਨੇ ਚਲਾਉਂਦੇ ਆ। ਤਾਂ ਇੱਕ ਮੱਛਲੀ ਜਿਵੇਂ ਸਾਰੇ ਤਲਾਬ ਨੂੰ ਗੰਦਾ ਕਰਦੀ ਹੈ, ਉਸੇ ਤਰੀਕੇ ਦੇ ਨਾਲ ਅਜਿਹੀਆਂ ਵੀਡੀਓਜ਼ ਪਾਉਣ ਵਾਲੇ ਬਾਕੀ ਦੇ ਚੰਗੇ ਚੈਨਲਾਂ ਨੂੰ ਵੀ ਬਦਨਾਮ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਦੇ।